बहुती चलाक बनती है कहिंदे उहनूं छुट्टी लैणी पैणी घंटे दो घंटे दी। हाँ जी अज फिर उहने आउणा पहले दिन ते फिर उहदी पसंद दी सब्जी बनाउणी आ अज मैं। मैं तेरे को आ गया 10 मिंटां तक। चलो भाजी फिर आ रहे हो छेती गर्मी बड़ी जी। सी कॉल की हाल चाल? वधिया वधिया तुसीं सुणाओ? बस ठीक ठाक। बहुती वेट तां नहीं करनी पई? घर वाला ही सूट पाया वा। ਵੀਰੀ ਸੂਟ ਤੇ ਘਰ ਵਾਲਾ ਹੀ ਆ ਪਰ ਸੋਹਣੇ ਲੱਗਣ ਦੇ ਜੇ। ਭਾਬੀ ਹੁਣੀ ਤੇ ਚੰਗੇ ਬੜੇ ਨੇ। ਤੂੰ ਨਾ ਬੜਾ ਚੈਂਟ ਨਾ ਬਣ। ਹੁਣ ਸੌਖੇ ਕੰਮ ਕਰਾਉਣੇ ਕਿ ਗਾਂ ਕਿਤੇ ਔਖਾ ਵੀ ਆਊਗਾ? ਤੈਨੂੰ ਮੈਂ ਜਿੱਦਾਂ ਕਹਿੰਨੀ ਆ ਨਾ ਉਦਾਂ ਹੀ ਕਰੀ ਜਾ। ਤੂੰ ਬੈਠਾ ਮੈਂ ਉਹਨੂੰ ਦੁੱਧ ਦੇ ਕੇ ਤੇ ਆ ਗਈ ਬਸ। ਸੰਦੀਪ ਸੌਂਦਾ ਨਹੀਂ ਇੱਕ ਵਾਰੀ ਬਾਅਦ ਚ ਕਰ ਲਈ ਹਾਂ? ਨਹੀਂ ਉਹ ਕੋਸਾ ਹੀ ਪਿੰਦਾ ਮੈਂ ਕੋਸਾ ਕਰਕੇ ਲਿਆਂਦਾ ਉਹਦੇ ਵਾਸਤੇ। ਤੈਨੂੰ ਬੜਾ ਪਤਾ ਹੈ ਕੋਸਾ ਪਿੰਦਾ ਹੈ। ਸੁੱਖ ਕਿਹਾ ਕੁਝ? ਉਹ ਨਹੀਂ ਨਹੀਂ ਭਾਜੀ ਮੈਂ ਤਾਂ ਕੁਝ ਬੋਲੇ ਨਹੀਂ। ਨਹੀਂ ਨਹੀਂ ਸੁੱਖ ਕੁਝ ਤੇ ਕਹਿਣ ਦਿਆ ਸੀ ਤੂੰ। ਮੈਂ ਤਾਂ ਕੋਈ ਗੱਲ ਕੀਤੀ ਨਹੀਂ ਯਾਰ। ਤੂੰ ਕੁਛ ਤੇ ਕਿਹਾ ਵਾ। ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕੀਤੀ ਭਾਜੀ। ਮੈਂ ਤਾਂ ਬੋਲਿਆ ਹੀ ਨਹੀਂ। ਕੋ ਮਾਲਕੋ ਮੁਲਕੋ? ਉਹ ਮਾਲਕੋ ਮੈਂ ਤਾਂ ਤੁਹਾਨੂੰ ਕਿਹਾ ਵੀ ਤੁਸੀਂ ਘਰ ਦੇ ਮਾਲਕ ਜੇ। ਹੁਣ ਘਰ ਦੇ ਮਾਲਕਾਂ ਨੂੰ ਮਾਲਕੋ ਹੀ ਕਹੂੰਗਾ ਨਾ। ਮੈਂ ਤਾਂ ਕਿਹਾ। ਸੁੱਖ ਇੱਕ ਵਾਰੀ ਫੇਰ ਸੋਚ ਲਾ ਭਾਜੀ। ਤੁਸੀਂ ਟੈਨਸ਼ਨ ਨਾ ਲਓ ਮੈਂ ਮਾਲਕੋ ਤੁਹਾਨੂੰ ਨਹੀਂ ਕਹੂੰਗਾ ਤੇ ਹੋਰ ਮੈਂ ਕਿਹਨੂੰ ਕਹੂੰਗਾ। ਜਿਹੜੀ ਹਵਾ 'ਚ ਤੂੰ ਫਿਰਨ ਡਿਆ ਨਾ ਉਹ 'ਚੋਂ ਬਾਹਰ ਆ ਜਾ ਚੰਗਾ। ਆਪਣੇ ਆਪ ਸਾਰਾ ਕੁਛ ਮੈਨੂੰ ਸੱਚ ਦੱਸ ਦੇ। ਜੇ ਬਾਅਦ 'ਚ ਮੈਨੂੰ ਪਤਾ ਲੱਗ ਗਿਆ ਨਾ ਫਿਰ ਵੇਖ ਲਈ ਕੀ ਹਾਲ ਹੋਣਾ ਸੀ। ਸਮਝਣ ਡਿਆ ਨਾ ਮੈਂ ਕੀ ਕਹਿਣ ਡਿਆ? ਹਾਂਜੀ ਹਾਂਜੀ ਹਾਂਜੀ। ਹੁਣੇ ਜੇ ਕੋਈ ਤੇਰੇ ਦਿਲ 'ਚ ਗੱਲ ਆ ਨਾ ਤਾਂ ਮੈਨੂੰ ਆਰਾਮ ਨਾਲ ਦੱਸ ਦੇ। ਨਹੀਂ ਨਹੀਂ ਭਾਜੀ ਤੁਸੀਂ ਐਵੇਂ ਡੇ ਜੇ ਕੋਈ ਕੁਛ ਨਹੀਂ ਆਇਆ। ਮੈਂ ਤਾਂ ਤੁਹਾਨੂੰ ਉੱਦਾਂ ਮਾਲਕੋ ਕਿਹਾ। ਮੈਂ ਹੁਣ ਮਾਲਕੋ ਨਹੀਂ ਤੁਹਾਨੂੰ ਦੱਸ ਕਹਿ ਸਕਦਾ। ਆਹ ਫੜ ਆਪਣਾ ਦੁੱਧ ਦਾ ਗਲਾਸ ਅਤੇ ਮੇਰੀ ਗੱਲ ਸੁਣ। ਦੁੱਧ ਦਾ ਗਲਾਸ ਪੀ ਕੇ ਜੇ ਥੱਲੇ ਆਏਗਾ ਨਾ ਸਵੇਰੇ ਉਦੋਂ ਹੀ ਗਲਾਸ ਖਾਲੀ ਲੈ ਕੇ ਆਈ ਥੱਲੇ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਹੁਣੇ ਪੀ ਕੇ ਹੁਣੇ ਛੱਡ ਆਉਣਾ ਥੱਲੇ। ਸੁੱਖ ਤੁਹਾਨੂੰ ਮੈਂ ਸਿੱਧੇ ਸ਼ਬਦਾਂ ਦੱਸਿਆ ਵਾ ਦੁੱਧ ਦਾ ਗਲਾਸ ਸਵੇਰੇ ਲੈ ਕੇ ਆਈ। ਠੀਕ ਹੈ ਠੀਕ ਹੈ। ਹੁਣ ਤੇਰੀ ਥੱਲੇ ਕੋਈ ਲੋੜ ਨਹੀਂ ਚੰਗਾ। ਤੂੰ ਮਾੜਾ ਜਿਹਾ ਹਿਸਾਬ ਨਾ ਲੈ ਵੀ ਸੁੱਖ ਸਿਆ ਭੂਆ ਦੇ ਦਿੱਤੇ ਲਾਲਚ ਨੂੰ ਤੂੰ ਦੌੜਾਇਆ। ਅਜੇ ਤਾਂ ਤੂੰ ਕੁਝ ਕੀਤਾ ਵੀ ਨਹੀਂ ਤਾਂ ਵੀ ਤਜਿੰਦਰ ਭਾਅ ਇੰਨਾ ਤਤਾਇਆ ਫਿਰਦਾ। ਜੇ ਕਿਤੇ ਭੁੱਲ ਭੁਲੇਖੇ ਤੂੰ ਕੱਲ੍ਹ ਨੂੰ ਉਨੀ ਕੀ ਕਰਤੀ ਨਾ ਇਹਨੇ ਤਾਂ ਤੈਨੂੰ ਛੱਡਣਾ ਹੀ ਨਹੀਂ ਯਾਰ। ਅਤੇ ਰਹੀ ਗੱਲ ਫਿਰ ਭੂਆ ਦੀ ਉਹਨੇ ਤਾਂ ਟਾਈਮ ਨਾਲ ਹੱਥ ਖੜੇ ਕਰ ਜਾਣੇ ਆ। ਅਤੇ ਸੁੱਖ ਸਿਆ ਭਲਾ ਇਹਦੇ ਵਿੱਚ ਹੀ ਉਹ ਵੀ ਆਪਣਾ ਹਿਸਾਬ ਕਿਤਾਬ ਟਾਈਮ ਸਿਰ ਹੀ ਲਾ ਲਾ। ਭਾਬੀ ਜੀ ਉਹ ਭੂਆ ਜੀ ਭਾਬੀ ਜੀ ਭੂਆ ਜੀ। ਹਾਂ ਸੁੱਖ ਆ ਗਿਆ? ਹਾਂਜੀ ਹਾਂਜੀ ਭਾਬੀ ਜੀ। ਅੱਛਾ ਤੇ ਤੂੰ ਬੈਠ ਜਾ ਮੈਂ ਰੋਟੀ ਲੈ ਕੇ ਆਨੀ ਆ। ਹਾਂਜੀ ਹਾਂਜੀ ਰੋਟੀ ਲੈ ਆਓ। ਠੀਕ ਆ। ਭਾਜੀ ਨੇ ਕਿੱਥੇ ਗਏ ਆ? ਉਹ ਤਾਂ ਸਵੇਰ ਦੇ ਡਿਊਟੀ ਚੱਲ ਗਏ 9 ਵਜੇ ਦੇ। ਉਹ ਲੈ ਭਾਜੀ ਨਾਲ ਤਾਂ ਮੈਂ ਜਾਣਾ ਸੀਗਾ। ਉਹ ਤੇ ਇਸ ਵਕਤ ਉੱਠ ਕੇ ਆਉਣਾ ਸੀ ਨਾ ਹੁਣ ਤੇ 10:30 ਹੁੰਦੇ ਆ। ਹੁਣ ਤੇ ਮੈਨੂੰ ਰਾਵਾਂ ਦਾ ਵੀ ਨਹੀਂ ਪਤਾ ਤੁਹਾਡੇ ਇੱਥੇ ਕਿਸੇ ਦਾ। ਚੱਲ ਤੂੰ ਇੱਦਾਂ ਕਰ ਤੂੰ ਨਾ ਕੱਲ ਸਵੇਰ ਉੱਠ ਕੇ ਆ ਜੀ ਤੇ ਨਾਲ ਹੀ ਚੱਲ ਜੀ ਉਹਨਾਂ ਦੇ। ਠੀਕ ਹੈ ਭਾਬੀ ਜੀ। ਤੇ ਅੰਦਰ ਬੈਠੇ ਮੰਮੀ ਤੂੰ ਅੰਦਰ ਹੀ ਬੈਠ ਜਾ ਮੈਂ ਅੰਦਰ ਲੈ ਆਉਣੀ ਰੋਟੀ। ਠੀਕ ਹੈ ਭਾਬੀ ਜੀ। ਹਾਂਜੀ ਭੂਆ ਜੀ ਕੀ ਕਰਦੇ ਨੇ? ਕੁਛ ਨਹੀਂ ਪੁੱਤ ਬੈਠੀ ਆ। ਠੀਕ ਹੈ ਜੀ। ਤੇ ਜਿਹੜਾ ਕੰਮ ਤੈਨੂੰ ਮੈਂ ਕਿਹਾ ਸੀ ਉਹਦੇ ਬਾਰੇ ਕੀ ਸੋਚਿਆ ਸੀ ਫਿਰ? ਭੂਆ ਜੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਮੇਰਾ ਨਹੀਂ ਜੇ ਮਨ ਮੰਨਦਾ। ਤੇ ਨਹੀਂ ਮਨ ਮੰਨਦਾ ਤੇ ਤੂੰ ਪਹਿਲਾਂ ਮੈਨੂੰ ਮਨਾ ਕਰ ਦਿੰਦਾ। ਭੂਆ ਜੀ ਤੁਹਾਨੂੰ ਨਹੀਂ ਪਤਾ ਰਾਤ ਕੀ ਹੋਇਆ? ਕੀ ਹੋਇਆ? ਅਜੇ ਤਾਂ ਮੈਂ ਕੁਝ ਕੀਤਾ ਨਹੀਂ ਤੇ ਭਾਜੀ ਹੁਣੀ ਪਹਿਲਾਂ ਹੀ ਆਣ ਕੇ ਮੈਨੂੰ ਦਬਕੇ ਡਿਆ ਵੀ ਮਾਰਨ। ਉਹਨਾਂ ਨੂੰ ਪਤਾ ਨਹੀਂ ਮੇਰੇ ਤੇ ਕਦਾ ਸ਼ੱਕ ਪੈ ਗਿਆ ਵਾ। ਤੂੰ ਉਹਦੀ ਟੈਨਸ਼ਨ ਨਾ ਲੈ ਉਹ ਤੇ ਫੋਕੀਆਂ ਧਮਕੀਆਂ ਦਿੰਦਾ ਤੈਨੂੰ। ਬੱਲੇ ਭੂਆ ਜੀ ਫੋਕੀਆਂ ਧਮਕੀਆਂ ਤੁਹਾਡੇ ਵਾਸਤੇ ਹੋਣੀਆਂ ਨੇ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਨਾ ਤਾਂ ਤੁਸੀਂ ਕਿਹੜਾ ਮੇਰੇ ਨਾਲ ਕੋਲ ਰਹਿਣਾ ਫਿਰ? ਨਹੀਂ ਜੀ ਹਾਂ ਗੱਲ ਸੀ ਤੇ ਮੈਨੂੰ ਪਹਿਲਾਂ ਦੱਸ ਦਿੰਦਾ ਉਦੋਂ ਤਾਂ 50,000 ਦਾ ਨਾਂ ਸੁਣ ਕੇ ਦੌੜਾ ਹੀ ਆਇਆ ਸੀ। ਉਹ ਭੂਆ ਜੀ ਹੁਣ ਮੈਨੂੰ ਥੋੜ੍ਹੀ ਪਤਾ ਸੀ ਵੀ ਇੱਥੇ ਆਹ ਗੱਲ ਬਣ ਜਾਣੀ ਆ। ਤੂੰ ਹੁਣ ਮੈਨੂੰ ਇਹ ਦੱਸ ਵੀ ਤੂੰ ਕੰਮ ਕਰਨਾ ਵਾ ਕਿ ਨਹੀਂ ਕਰਨਾ? ਭੂਆ ਜੀ ਚਲੋ ਠੀਕ ਹੈ ਭੂਆ ਜੀ ਤੁਸੀਂ ਇਹ ਬੋਲੋ ਵੀ ਅਸੀਂ ਹੁਣ ਕਰਨਾ ਕੀ ਹੈ? ਚਲੋ ਠੀਕ ਹੈ ਭੂਆ ਜੀ ਮੈਂ ਆਪਣੀ ਕਾਰਵਾਈ ਸ਼ੁਰੂ ਕਰਦਾ ਹੁਣ। ਠੀਕ ਆ।
ਭਾਬੀ ਜੀ ਹਾਂ ਸੁਖ ਪਾਤੀ ਰੋਟੀ ਹਾਂ ਲੱਗੀ ਪੌਣ ਬਸ ਚਲੋ ਫਿਰ ਮੈਂ ਡਰਾਇੰਗ ਰੂਮ ਚ ਬੈਠਾ ਜੇ ਉੱਥੇ ਬਿਠਾ ਦਿਓ ਚਲ ਠੀਕ ਮੈਂ ਉੱਥੇ ਲੈ ਆਨੀ ਭਾਬੀ ਜੀ ਕਾਸ਼ ਕਿਤੇ ਸੀਰਤ ਵੀ ਤੁਹਾਡੇ ਵਰਗੀ ਸਬਜ਼ੀ ਬਣਾਵੇ ਨਾ ਧਰਮ ਨਾਲ ਸਵਾਦ ਹੀ ਆ ਜੇ ਚਲੋ ਉਹ ਤਾਂ ਠੀਕ ਆ ਤੇ ਸੀਰਤ ਹੈ ਕੌਣ ਇਹ ਤਾਂ ਦੱਸ ਦੇ ਉਹ ਨਹੀਂ ਨਹੀਂ ਭਾਬੀ ਜੀ ਮੂੰਹ ਨਿਕਲ ਗਿਆ ਨਹੀਂ ਨਹੀਂ ਹੁਣ ਮੂੰਹ ਨਿਕਲ ਗਿਆ ਹੁਣ ਦੱਸ ਤੇ ਸਹੀ ਕੌਣ ਆ ਨਹੀਂ ਭਾਬੀ ਜੀ ਉਦਾਂ ਹੀ ਰਿਹਾ ਹਾਂ ਨਹੀਂ ਨਹੀਂ ਉਹਦਾ ਤਾਂ ਨਹੀਂ ਨਾਲ ਆ ਜਾਂਦਾ ਕਿਸੇ ਦਾ ਨਹੀਂ ਫਿਰ ਹੀ ਦੱਸ ਤੇ ਸਹੀ ਕੌਣ ਆ ਮੈਂ ਕਿਹੜਾ ਕਿਸੇ ਨੂੰ ਦੱਸਣਾ ਪੱਕੀ ਗੱਲ ਭਾਬੀ ਜੀ ਹਾਂ ਨਹੀਂ ਤੁਹਾਡੀ ਪੱਕੀ ਗੱਲ ਪੱਕੀ ਗੱਲ ਜੇ ਪੱਕੀ ਆ ਦੱਸ ਤੇ ਸਹੀ ਭਾਬੀ ਸੀਰਤ ਹੈਗੀ ਆ ਮੇਰੀ ਇੱਕ ਕਾਲਜ ਦੀ ਫਰੈਂਡ ਅੱਛਾ ਤੂੰ ਹੁਣ ਅੱਜ ਕੱਲ ਨਾ ਮੇਰੇ ਨਾਲ ਗੁੱਸੇ ਆ ਨਾ ਮੇਰਾ ਫੋਨ ਚੁੱਕਦੀ ਆ ਨਾ ਮੇਰਾ ਰੀਪਲਾਈ ਕਰਦੀ ਆ ਮੈਸੇਜ ਸੀਨ ਕਰਕੇ ਰੱਖ ਛੱਡਦੀ ਆ ਚਲ ਕੋਈ ਗੱਲ ਨਹੀਂ ਆਪੇ ਇੱਕ ਦੋ ਦਿਨ ਚ ਗੁੱਸਾ ਠੰਡਾ ਹੋ ਜਾਊਗਾ ਉਹਦਾ ਭਾਬੀ ਜੀ ਤੁਸੀਂ ਕੰਮ ਕਰੋਗੇ ਕੀ ਤੁਸੀਂ ਸੀਰਤ ਨੂੰ ਫੋਨ ਲਾਓ ਹਾਂ ਨਹੀਂ ਸੁਖ ਮੈਂ ਕਿੱਦਾਂ ਫੋਨ ਲਾ ਸਕਦੀ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਆ ਫਿਰ ਕੀ ਆ ਭਾਬੀ ਜੀ ਕੁਝ ਨਹੀਂ ਹੁੰਦਾ ਨਹੀਂ ਨਹੀਂ ਮੈਂ ਕੰਮ ਕਰ ਦੋ ਚਲ ਠੀਕ ਆ ਲਿਆ ਫਿਰ ਦੇ ਆਪਣਾ ਫੋਨ ਤੇਰੇ ਫੋਨ ਤੋਂ ਲਾਉਣੀ ਫੋਨ ਉਹ ਭਾਬੀ ਜੀ ਜੇ ਮੇਰਾ ਫੋਨ ਚੁੱਕਦੀ ਹੁੰਦੀ ਤੇ ਮੇਰਾ ਰੀਪਲਾਈ ਨਾ ਕਰਦੀ ਤੁਸੀਂ ਆਪਣੇ ਫੋਨ ਤੋਂ ਲਾਓ ਨਾ ਤੁਹਾਨੂੰ ਮੈਂ ਨੰਬਰ ਦਿੰਦਾ ਆ ਚਲ ਠੀਕ ਆ ਦੇ ਫਿਰ ਨੰਬਰ ਹਲੋ ਅੱਛਾ ਪੱਕਾ ਚੁੱਕ ਲੂਗੀ ਨਾ ਮੇਰਾ ਫੋਨ ਹਾਂਜੀ ਕਰੋ ਚਲ ਠੀਕ ਆ ਉਹ ਇੱਕ ਮਿੰਟ ਭਾਬੀ ਜੀ ਗੱਲ ਸੁਣੋ ਕੱਟਿਓ ਫੋਨ ਕੱਟਿਓ ਕਿਉਂ ਹੁਣ ਕੀ ਹੋ ਗਿਆ ਤੁਸੀਂ ਇੱਕ ਕੰਮ ਕਰੋ ਤੁਸੀਂ ਉੱਪਰ ਨਾ ਮੇਰੇ ਵਾਲੇ ਰੂਮ 'ਚ ਜਾਓ ਉੱਥੇ ਜਾ ਕੇ ਗੱਲ ਕਰ ਲਓ ਉਹਦੇ ਨਾਲ ਸੁੱਖ ਉੱਥੇ ਕਿਉਂ ਕਰਨੀ ਗੱਲ ਮੈਂ ਇੱਥੇ ਕਰ ਲੈਨੀ ਆ ਭਾਬੀ ਜੀ ਜੇ ਭੂਆ ਨੇ ਦੇਖ ਲਿਆ ਨਾ ਤੇ ਐਵੇਂ ਪਾਂਦਾ ਪਾਂਦਾ ਕੰਮ ਮੇਰਾ ਵਿਗੜ ਜਾਣਾ ਜੀ ਤੇ 10 ਤੇ ਸਾਰੇ ਮਿੰਟ ਲੱਗਣੇ ਆ ਉੱਤੇ ਜਾ ਕੇ ਗੱਲ ਕਰ ਲਓ ਨਹੀਂ ਸੁੱਖ ਮੈਂ ਉੱਪਰ ਨਹੀਂ ਜਾਣਾ ਤੇ ਭਾਜੀ ਨੇ ਮਨਾ ਕੀਤਾ ਮੈਨੂੰ ਤੇ ਭਾਜੀ ਨੇ ਕਿਹੜੇ ਘਰ ਨੇ ਭਾਜੀ ਨੇ ਤਾਂ ਡਿਊਟੀ ਤੇ ਗਏ ਨੇ ਉਹ ਭਾਬੀ ਜੀ ਸੋਚਦੇ ਕੀ ਪਏ ਹੋ ਰਿਕੁਐਸਟ ਵਾਲੀ ਗੱਲ ਆ ਆ 10 ਮਿੰਟ ਦਾ ਵੀ ਕੰਮ ਨਹੀਂ ਹੈਗਾ ਪਲੀਜ਼ ਚਲ ਜਾਓ ਹਾਂ ਚਲ ਠੀਕ ਆ ਮੈਂ ਫਿਰ ਗੱਲ ਕਰਕੇ ਆਉਂਦੀ ਹਾਂ ਤੇ ਤੂੰ ਰੋਟੀ ਖਾ ਲਾ ਮੈਂ ਖਾਂਦਾ ਜੇ ਚਾਹੀਦੀ ਹੋਏਗੀ ਨਾ ਹੋਰ ਅੰਦਰ ਲੱਲੀ ਹੈਲੋ ਹਾਂਜੀ ਮੰਮੀ ਜੀ ਤਜਿੰਦਰ ਪਹੁੰਚ ਗਿਆ ਵਾ ਹਾਂਜੀ ਹਾਂਜੀ ਮੈਨੂੰ ਤਾਂ ਘੰਟਾ ਹੋ ਗਿਆ ਪਹੁੰਚੇ ਨੂੰ ਤੇ ਥੋੜ੍ਹੀ ਛੁੱਟੀ ਲੈ ਕੇ ਆ ਜਾ ਫਿਰ ਸੰਦੀਪ ਠੀਕ ਨਹੀਂ ਆ ਉਹਨੂੰ ਦਵਾਈ ਦਵਾ ਲਿਆ ਅੱਛਾ ਅੱਛਾ ਕਿਉਂ ਕੀ ਗੱਲ ਹੋ ਗਈ ਆ ਪਤਾ ਨਹੀਂ ਕਹਿਣ ਦੀ ਮੈਂ ਠੀਕ ਨਹੀਂ ਗੀ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਮੰਮੀ ਜੀ ਆਉਣਾ ਮੈਂ ਆਹੋ ਚਲ ਠੀਕ ਆ ਛੇਤੀ ਆ ਜਾ ਫਿਰ ਠੀਕ ਆ ਠੀਕ ਠੀਕ ਆ ਕੁੰਡੀ ਗੱਲ ਹੀ ਲਾਤੀ ਆ ਉਹ ਭਾਬੀ ਜੀ ਤੁਸੀਂ ਗੱਲ ਕਰੋ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਬਾਅਦ 'ਚ ਕਰਦੀ ਪਹਿਲੇ ਦੱਸ ਕੁੰਡੀ ਕਿਉਂ ਲਗਾਈ ਆ ਉਹ ਭਾਬੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਕੁੰਡੀ ਤਾਂ ਲਾਈ ਆ ਵੀ ਕਿਤੇ ਭੂਆ ਜੀ ਨਾ ਆ ਜਾਣ ਮੇਰੀ ਬੰਦੀ ਬੰਦੀ ਗੱਲ ਵਿਗੜ ਜਾਣੀ ਫਿਰ ਤੁਸੀਂ ਕਰੋ ਫੋਨ ਕਰੋ ਤੁਸੀਂ ਫੋਨ ਕਰੋ ਚੱਲ ਠੀਕ ਆ ਹੈਲੋ ਹਾਂਜੀ ਹਾਂਜੀ
और ठीक ठाक सब की हाल चाल है? ਕਿੱਥੇ ਸੰਦੀਪ? ਪਤਾ ਨਹੀਂ ਉਹ ਕੋਠੇ ਵੱਲ ਨੂੰ ਜਾਣ ਡੇ ਸੀਗੇ। ਕੋਠੇ ਵੱਲ ਨੂੰ ਜਾਣ ਡੀ? ਆਹੋ। ਕੋਠੇ ਤੈਨੂੰ ਕੀ ਕੰਮ ਪੈ ਗਿਆ? ਨਾਲੇ ਕਹਿੰਦੇ ਠੀਕ ਨਹੀਂ ਆ। ਹਾਂ ਚੱਲ ਵਧੀਆ ਚਾਹੀਦਾ। ਹਾਂ ਸੁੱਖ ਨੇ ਦਿੱਤਾ ਸੀ ਨੰਬਰ ਮੈਨੂੰ ਤੇਰਾ। ਸੁੱਖ ਸੁੱਖ ਮੈਂ ਤੈਨੂੰ ਕਿਹਾ ਵੀ ਨਾ ਮੈਂ ਉੱਪਰ ਨਹੀਂ ਆਉਣਾ ਹੈਗਾ। ਦੇਖ ਲਾ ਹੁਣ ਤੇਰੇ ਭਾਜੀ ਆ ਗਏ ਆ ਨਾ, ਉਹ ਕੀ ਕਹਿਣਗੇ ਹੁਣ? ਤੂੰ ਫਸਾਤਾ ਨਾ ਮੈਨੂੰ, ਮੈਨੂੰ ਤਾਂ ਉੱਪਰ ਆਉਣਾ ਹੀ ਨਹੀਂ ਚਾਹੀਦਾ ਹੈਗਾ। ਨਹੀਂ ਸੁੱਖ ਦਰਵਾਜ਼ੇ ਨਾ ਖੋਲ੍ਹੀ, ਉਹਨਾਂ ਨੂੰ ਦੱਸਣਾ ਹੈ।